राज सरकार दे मिशन तंदुरुस्त पंजाब तहत खाण पीण वाले पदार्थां दी शुद्धता म्यार अते क्वालिटी जांचण लई स्टेट फूड कमिश्नर पंजाब वल्लों जिले च 3 वड्डियां फ्रिजां, 1 चिल्लर अते 2 कैरियर उपलब्ध करवाए गए ने तां जो खाण पीण पदार्थां दी माइक्रो टैस्टिंग नूं यकीनी बनाया जा सके। इस संबंधी जानकारी दिंदिया जिला सेहत अफसर डॉक्टर लखवीर सिंह ने दस्सिया कि स्टेट फूड कमिश्नर वल्लों कीता इह उपराला बहुत ही शलाघाजोग है जो कि मिशन तंदुरुस्त पंजाब नूं असरदार तरीके नाल अमली जामा पहनाउण च अहम भूमिका निभाएगा। उन्हां दस्सिया कि पहला लए जांदे सैंपलां नूं ज्यौंदा त्यों रखण लई फार्मालिन दी वरतों की जाती सी, पर हुण इन्हां फ्रिजां चिल्लर अते कैरीयर मिलण नाल खाण पीण वाले पदार्थां दे सैंपलां नूं आसानी नाल असल हालत विच रखिया जा सकेगा। हुशियारपुर न्यूज़ दे नाल चेतन कश्यप दी रिपोर्ट। मिशन तंदुरुस्त पंजाब वास्ते ਇਹ ਇੱਕ ਬਹੁਤ ਵੱਡਾ ਸਰਕਾਰ ਦਾ ਉਪਰਾਲਾ ਆ ਵੀ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਵੱਡੇ ਫਰੀਜ਼ਰ 3 ਦਿੱਤੇ ਗਏ ਆ, ਉਹਨਾਂ ਦੇ ਨਾਲ ਇੱਕ ਚਿੱਲਰ ਹੈ ਅਤੇ 2 ਕੈਰੀਅਰ ਦਿੱਤੇ ਗਏ ਆ। ਬੇਸਿਕਲੀ ਮੰਤਵ ਇਹ ਹੈ ਵੀ ਜਿਹੜਾ ਅੱਗੇ ਅਸੀਂ ਸੈਂਪਲ ਕੋਈ ਵੀ ਲੈਂਦੇ ਸੀਗੇ ਉਹਦੇ 'ਚ ਜਿਹੜੀਆਂ ਪੈਰਿਸ਼ੇਬਲ ਚੀਜ਼ਾਂ ਹੈ ਜਿਨ੍ਹਾਂ ਦੀ ਸ਼ੈਲਫ ਲਾਈਫ ਬਹੁਤ ਘੱਟ ਹੈ ਉਹ 'ਚ ਸਾਨੂੰ ਫਾਰਮੈਲਿਨ ਪਾਉਣੀ ਪੈਂਦੀ ਸੀ ਉਹਦੀ ਲਾਈਫ ਲੰਬੀ ਕਰਨ ਵਾਸਤੇ, ਉਹਨੂੰ ਪ੍ਰਜ਼ਰਵ ਕਰਨ ਵਾਸਤੇ। ਹੁਣ ਉਹ ਕਹਿੰਦੇ ਵੀ ਫਾਰਮੈਲਿਨ ਨਹੀਂ ਪਾਉਣੀ ਪਾਈ ਜਾਊਗੀ, ਫਾਰਮੈਲਿਨ ਅਸੀਂ ਉਹਨਾਂ ਚੀਜ਼ਾਂ 'ਚ ਨਹੀਂ ਐਡ ਕਰਾਂਗੇ ਅਤੇ ਟੈਂਪਰੇਚਰ ਘੱਟ 'ਤੇ ਰੱਖ ਕੇ ਹੀ ਉਹਨਾਂ ਨੂੰ ਪ੍ਰਜ਼ਰਵ ਕੀਤਾ ਜਾਊਗਾ, ਜਿੱਦਾਂ ਫਰਿੱਜ 'ਚ ਤੁਸੀਂ ਚੀਜ਼ਾਂ ਰੱਖ ਦਈਓ ਆਪਣੇ। ਸੋ ਜਿਹੜੇ ਫਰੀਜ਼ਰ ਹੈ ਉਹ -2 to 8 ਡਿਗਰੀ +8 ਤੱਕ ਉਹਦਾ ਟੈਂਪਰੇਚਰ ਜਿਹੜਾ ਐਡਜਸਟ ਹੋ ਸਕਦਾ। ਜਿਵੇਂ ਮੀਟ ਹੈ, ਮੱਛੀ ਹੈ, ਦੁੱਧ ਹੈ, ਪਨੀਰ ਹੈ, ਕਰੀਮ ਹੈ, ਇਹਨਾਂ ਦੀ ਸ਼ੈਲਫ ਲਾਈਫ ਓਬਵੀਅਸਲੀ ਘੱਟ ਹੈ। ਸੋ ਇਹਨਾਂ ਚੀਜ਼ਾਂ ਨੂੰ ਘੱਟ ਟੈਂਪਰੇਚਰ 'ਤੇ ਰੱਖਣ ਵਾਸਤੇ ਅਸੀਂ ਸੈਂਪਲ ਹੁਣ ਲਵਾਂਗੇ, ਉਹਨੂੰ ਇੱਕ ਆਈਸ ਪੈਕ ਵਾਲੇ ਕੈਰੀਅਰ 'ਚ ਰੱਖ ਲਾਂ ਕਰਾਂਗੇ ਉੱਥੇ ਹੀ ਟੈਂਪਰੇਚਰ ਘੱਟ 'ਤੇ। ਉਦੋਂ ਬਾਅਦ ਅਸੀਂ ਲਿਆ ਕੇ ਉਹਨੂੰ ਸਾਡੇ ਕੋਲ ਗੱਡੀ 'ਚ ਰੱਖਣ ਵਾਸਤੇ ਵੀ ਇੱਕ ਜਿਹੜਾ ਚਿੱਲਰ ਸਾਡੇ ਕੋਲ ਆ ਇਹ ਜਿਹੜਾ ਗੱਡੀ ਦੇ ਵਿੱਚ ਚੱਲੂਗਾ ਔਨ ਰਹੇਗਾ, ਇਹਦੇ ਵਿੱਚ ਵੀ ਉਹਦਾ ਟੈਂਪਰੇਚਰ ਘੱਟ ਰੱਖਿਆ ਜਾਏਗਾ। ਫਿਰ ਉਹ ਵੱਡੇ ਫਰੀਜ਼ਰ ਜਿਹੜੇ ਸਾਡੇ ਕੋਲ 3 ਹੈ ਜਿਹੜੇ ਤੁਹਾਨੂੰ ਦਿਖਾਏ ਆ ਉਹਨਾਂ 'ਚ ਆਪਾਂ ਫਿਰ ਉਹ 'ਚ ਲਿਆ ਕੇ ਰੱਖਾਂਗੇ। ਸੋ ਮੰਤਵ ਇਹ ਆ ਵੀ ਇੱਕ ਕੋਲਡ ਚੇਨ ਜਿੱਦਾਂ ਵੈਕਸੀਨ ਦੀ ਕੋਲਡ ਚੇਨ ਮੇਨਟੇਨ ਕਰਦੇ ਸੀ ਵੀ ਵੈਕਸੀਨ ਦਾ ਖਰਾਬ ਨਾ ਹੋ ਜਾਵੇ, ਹੁਣ ਸੈਂਪਲਾਂ ਦੀ ਕੋਲਡ ਚੇਨ ਵੀ ਮੇਨਟੇਨ ਕੀਤੀ ਜਾਏਗੀ। ਮਿਸ਼ਨ ਤੰਦਰੁਸਤ ਪੰਜਾਬ ਜਿਹੜਾ ਆ ਉਹਦੇ ਲਈ ਇੱਕ ਬਹੁਤ ਵੱਡਾ ਇੱਕ ਇਹ ਮਤਲਬ ਹੈਗਾ ਕਦਮ ਹੈ ਉਹਦੇ ਵੱਲ। ਸੋ ਹੁਣ ਇਹ ਜਿਹੜੇ ਵੈਂਡਰ ਹੈ ਜਾਂ ਦੁਕਾਨਦਾਰ ਹੈ ਜਾਂ ਜਿਹੜੇ ਚੀਜ਼ਾਂ ਇਹ ਵੇਚਦੇ ਆ ਉਹਨਾਂ ਨੂੰ ਇਹ ਚੀਜ਼ ਇੱਕ ਅਲਰਟ ਵੀ ਕਰ ਦਿੰਦੇ ਹਾਂ, ਉਹਨਾਂ ਵਾਸਤੇ ਇੱਕ ਵਾਰਨਿੰਗ ਵੀ ਆ, ਚੇਤਾਵਨੀ ਵੀ ਆ। ਅਤੇ ਇਹ ਨਹੀਂ ਹੈਗਾ ਵੀ ਜਾਣਕਾਰੀ ਦੇ ਰਹੇ ਇਕੱਲੀ, ਉਹਨਾਂ ਨੂੰ ਇਹ ਵੀ ਦੱਸ ਰਹੇ ਹਾਂ ਵੀ ਜਿਵੇਂ ਅੱਗੇ ਫੂਡ ਸੈਂਪਲਿੰਗ 'ਚ ਸੈਂਪਲ ਫੇਲ ਆ ਜਾਂਦਾ ਸੀ ਤੁਹਾਡਾ, ਹੋਰ ਕਈ ਟੈਸਟਿੰਗ ਸੀਗੀ, ਹੁਣ ਮਾਈਕਰੋ ਟੈਸਟਿੰਗ ਵੀ ਹੋਊ ਕਰੂਗੀ। ਮਾਈਕਰੋ ਬਾਇਓਲੋਜੀਕਲ ਜਿੱਦਾਂ ਚੀਜ਼ ਕੋਈ ਔਰਗੈਨਿਜ਼ਮ ਆ ਉਹ ਵੀ ਟੈਸਟ ਹੋ ਜੂ ਕਰੂਗਾ, ਕਿਉਂਕਿ ਫਾਰਮੈਲਿਨ ਐਡ ਕਰਨ ਨਾਲ ਉਹ ਮਰ ਜਾਂਦੇ ਸੀ ਬੈਕਟੀਰੀਆ ਵਗੈਰਾ, ਮਾਈਕਰੋ ਔਰਗੈਨਿਜ਼ਮ ਨਹੀਂ ਸੀ, ਉਹ ਟੈਸਟਿੰਗ ਸੰਭਵ ਨਹੀਂ ਸੀ ਹੋ ਪਾਉਂਦੀ। ਹੁਣ ਜਿਹੜੀ ਹੈ ਉਹ ਮਾਈਕਰੋ ਟੈਸਟਿੰਗ ਹੋਣੀ ਕਰਨੀ ਆ। ਕਿਸੇ ਬੰਦੇ ਨੇ ਜੇ ਆਪਣੀ ਬਿਜਲੀ ਬਚਾਉਣ ਲਈ ਕਿਹਾ ਵੀ ਫਰਿੱਜ 'ਚ ਨਹੀਂ ਚਲਾਉਣਾ ਜਾਂ ਬੱਤੀ ਗਈ ਹੈ ਜਾਂ ਫਰਿੱਜ ਬੰਦ ਰਹੀ ਹੈ ਤਾਂ ਚੀਜ਼ ਫਿਰ ਵੀ ਉਹ ਕਹੇ ਮੈਂ ਵੇਚ ਦੇਵਾਂ, ਕੱਢ ਦੇਵਾਂ, ਗਾਹਕ ਨੂੰ ਦੇ ਦੇਵਾਂ, ਅਤੇ ਲੋਕ ਕਈ ਵਾਰ ਕੰਪਲੇਂਟ ਵੀ ਕਰਦੇ ਸੀ ਜੇ ਘਰ ਜਾਂਦੇ ਤਾਂ ਦੁੱਧ ਸਾਡਾ ਖਰਾਬ ਹੋ ਗਿਆ। ਸੋ ਹੁਣ ਜਿਹੜਾ ਆ ਉਹ ਇੱਦਾਂ ਦੀ ਜਿਹੜੀ ਆ ਉਹ ਟੈਸਟਿੰਗ ਵਿੱਚ ਵੀ ਆ ਜਾਣੀ ਜਿਹੜੀ ਉਹਦੀ ਚੀਜ਼ ਅੱਗੇ ਨਹੀਂ ਸੀਗਾ ਇਹ। ਸੋ ਇੱਕ ਹੋਰ ਚੀਜ਼ ਮੈਂ ਵਿੱਚ ਐਡ ਕਰਨੀ ਆ ਵੀ ਜਿਵੇਂ ਫਾਰਮੈਲਿਨ ਹੈ ਜਿਹੜੀ ਇਹ ਖਾਣ ਵਾਲੀ ਚੀਜ਼ ਨਹੀਂ ਹੈਗੀ, ਇਹ ਕੈਮੀਕਲ ਹੈ, ਇਹ ਪ੍ਰਜ਼ਰਵ ਕਰਨ ਲਈ ਵਰਤਦੇ ਹਾਂ। ਜਿੱਦਾਂ ਬੋਡੀ ਦੇ ਡੈੱਡ ਬੋਡੀਆਂ ਨੂੰ ਲੰਬਾ ਸਮਾਂ ਰੱਖਣ ਵਾਸਤੇ ਲੱਗਦੇ ਆ ਮੈਡੀਕਲ ਕਾਲਜਾਂ 'ਚ ਜਾਂ ਹੋਰ ਕਿਤੇ, ਅਤੇ ਜਿਹੜਾ ਵਿਸਰਾ ਜਾਂਦਾ ਆ ਪੋਸਟਮਾਰਟਮ 'ਚੋਂ ਜਿਹੜੇ ਵਿਸਰਾ ਲੰਗਸ ਲਿਵਰ ਕਿਡਨੀ ਕੱਢ ਕੇ ਉੱਪਰ ਭੇਜਦੇ ਆ ਉਹਨਾਂ 'ਚ ਫਾਰਮੈਲਿਨ ਪਾਉਂਦੇ ਆ, ਮਤਲਬ ਉਹ ਚੀਜ਼ ਖਾਣ ਵਾਲੀ ਨਹੀਂ ਹੈਗੀ, ਉਹਨੂੰ ਪ੍ਰਜ਼ਰਵਡ ਐਜ ਸੱਚ ਰਹੂਗੀ ਜਿਹੜੀ ਉਹਦੀ ਹੈਗੀ ਆ। ਸੋ ਇਹ ਜਿਹੜੇ ਬਾਹਰ ਲੋਕ ਦੁੱਧ ਵੱਡੇ ਕੰਟੇਨਰ ਜਿਨ੍ਹਾਂ ਦਾ ਟਰੈਵਲਿੰਗ ਸਮਾਂ ਜ਼ਿਆਦਾ ਲੰਬਾ ਆ, ਜਿਨ੍ਹਾਂ ਨੂੰ ਉਹ ਕੈਰੀ ਕਰਨਾ ਲੰਬਾ ਸਮਾਂ ਜਾਂ ਜਿਨ੍ਹਾਂ ਨੇ ਉਹਦੀ ਲਾਈਫ ਵਧਾਉਣੀ ਆ, ਉਹ ਵੀ ਕਿਤੇ ਨਾ ਕਿਤੇ ਥੋੜ੍ਹੀ ਕੁਆਂਟਿਟੀ 'ਚ ਫਾਰਮੈਲਿਨ ਐਡ ਕਰ ਸਕਦੇ ਸੀਗੇ ਵੀ ਉਹਦੀ ਉਹਨੂੰ ਸ਼ੈਲਫ, ਕਿਉਂਕਿ ਬੋਡੀ 'ਚ ਜਾ ਕੇ ਵੀ ਨਹੀਂ ਮੈਟਾਬੋਲਾਈਜ਼ ਹੋਣਾ ਦੁੱਧ ਘਿਓ ਕੁਛ ਵੀ ਚੀਜ਼ ਜਿਹਦੇ 'ਚ ਉਹਨਾਂ ਨੇ ਐਡ ਕਰਤਾ। ਸੋ ਉਹ ਜਿਹੜੀ ਚੀਜ਼ ਹੈ ਜਿਹੜੀ ਐਡ ਕਰਦੇ ਆ ਉਹ ਹੁਣ ਕਿਉਂਕਿ ਅਸੀਂ ਐਡ ਨਹੀਂ ਨਾ ਕਰਨੀ ਹੁਣ ਫਾਰਮੈਲਿਨ, ਜੇ ਉੱਥੇ ਫਾਰਮੈਲਿਨ ਕਿਸੇ ਸੈਂਪਲ 'ਚ ਪਾਈ ਗਈ ਤਾਂ ਇਟ ਮੀਨਸ ਹੈ ਵੀ ਉਹ ਵੈਂਡਰ ਨੇ ਐਡ ਕੀਤੀ ਆ, ਤਾਂ ਹੁਣ ਉਹ ਸੈਂਪਲ ਜਿਹੜਾ ਆ ਉਹ ਫੇਲ ਆਊਗਾ ਅਤੇ ਉਹਦੇ ਖਿਲਾਫ਼ ਸਖ਼ਤ ਕਾਰਵਾਈ ਹੋਣੀ ਆ। ਹੁਣ ਜਿਹੜਾ ਇਹ ਸਮਝ ਲਓ ਮੈਂ ਪੰਜਾਬੀ 'ਚ ਕਹਾਂ ਵੀ ਸ਼ਾਨ ਨਾ ਮਿੱਤਰੋ ਹੁਣ ਬਰੀਕ ਹੋ ਗਿਆ ਅਤੇ ਹਲਕੇ ਤੌਰ 'ਤੇ ਨਾ ਲਿਓ ਆਪਣੀਆਂ ਚੀਜ਼ਾਂ ਦੀ ਜਿਹਨਾਂ ਦੀ ਸ਼ੈਲਫ ਲਾਈਫ ਹੈਗੀ ਆ, ਅੱਗੇ ਤਾਂ ਗੈਲੀ ਕਰ ਲੈਂਦੇ ਸੀ ਕਿਹੜਾ ਮਾਈਕਰੋ ਟੈਸਟਿੰਗ ਹੁੰਦੀ, ਹੁਣ ਮਾਈਕਰੋ ਟੈਸਟਿੰਗ ਵਾਲਾ ਵੀ ਡੰਡਾ ਉੱਪਰ ਆ ਗਿਆ ਤੁਹਾਡੇ, ਇਹ ਬਚਾਓ ਨਹੀਂ ਹੈਗਾ।
क्योंकि ग्राहक नूं मिशन तंदुरुस्त पंजाब लागू करने लई लोगों नूं सही चीज़ां सेफ चीज़ां और म्यारी चीज़ां देण दी उहदी गुणवत्ता कायम रखण दी जिम्मेवारी भी है। मैं बतौर DHO यह फूड सेफ्टी अफसर विरदी साहब साढ़े है, इधर साढ़े फूड सेफ्टी अफसर हरदीप बैठे है, असी सारा एक काम जिहड़ा है साडी टीम है फूड टीम है असी इहनूं इंजाम देंगे और सरकार दे जिहड़ा ये जिहड़े हैगा मकसद है जिहड़ा इहनूं पूरा करन विच अपने तनदेही नाल काम करांगे आपां।